ਸਾਰੇ ਪੰਜਾਬ ਕਿਉਂ ਇਹੋ ਜਿਹੇ ਪਰਿਵਾਰ ਜਿਹੜੇ ਨੇ ਇਹਨਾਂ ਦੀ ਗਿਣਤੀ ਹਰ ਵੇਲੇ ਵੱਧਦੀ ਜਾਂਦੀ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਚੋਰਾਂ ਦੇ ਨਾਲ ਠੱਗਾਂ ਦੇ ਨਾਲ ਡਾਕੂਆਂ ਦੇ ਨਾਲ ਮਿਲਦੀਆਂ ਸਮਝੌਤੇ ਹੋ ਗਏ ਸਿਆਣੇ ਕਹਿੰਦੇ ਆ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹ ਬਾਗ ਨਹੀਂ ਬਚਦੇ ਹੁੰਦੇ ਬਾਗ ਉੱਜੜ ਜਾਂਦੇ ਨੇ ਪਰ ਪੰਜਾਬ ਦੀ ਕਿਸਮਤ ਹੋਰ ਵੀ ਮਾੜੀ ਹੈ ਕਿ ਸਾਡੇ ਬਾਗ ਦੇ ਮਾਲੀ ਕੱਲੇ ਬੇਈਮਾਨ ਨਹੀਂ ਉਹਨਾਂ ਦੇ ਸਿਉਂਕਾਂ ਨਾਲ ਸਮਝੌਤੇ ਵੀ ਹੋ ਗਏ ਸਿਉਂਕ ਨਾਲ ਸਮਝੌਤੇ ਹੋ ਗਏ ਮਾਲੀਆਂ ਦੇ ਮਾਲੀ ਸਿਉਂਕ ਨੂੰ ਆਪ ਦੱਸਦੇ ਨੇ ਕਿ ਆਹ ਬੂਟਾ ਬੜਾ ਵਧੀਆ ਇਹਨੂੰ ਖਾ ਲਓ ਆਹ ਬੂਟਾ ਬੜਾ ਵਧੀਆ ਇਹਨੂੰ ਖਾ ਲਓ ਸੋ ਵੀਰੋ ਜਦੋਂ ਸਿਉਂਕ ਤੇ ਮਾਲੀ ਆਪ ਚ ਇਕੱਠੇ ਹੋ ਜਾਣ ਫਿਰ ਬਾਗ ਦਾ ਰੱਬ ਹੀ ਰੱਖਾ ਹੈ ਉਹੀ ਹਾਲ ਪੰਜਾਬ ਦਾ ਅੱਜ ਜਿੱਧਰ ਨੂੰ ਮਰਜ਼ੀ ਜਾਓ ਸਰਕਾਰ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਅੱਜ ਜਗ੍ਹਾ ਜਗ੍ਹਾ ਪੰਜਾਬ ਧਰਨੇ ਚੱਲ ਰਹੇ ਨੇ ਪੰਜਾਬ ਚ ਕੋਈ ETT ਵਾਲੇ ਮਰਨ ਮਰਤੇ ਬੈਠੇ ਹੈ ਆਸ਼ਾ ਵਰਕਰਾਂ ਵਿੱਤ ਮੰਤਰੀ ਦੀ ਕੋਠੀ ਘੇਰੀ ਬੈਠੀ ਹੈ ਕੋਈ ਕੰਪਿਊਟਰ ਵਾਲੇ ਪਾਣੀ ਦੀਆਂ ਟੈਂਕੀਆਂ ਦੇ ਚੜੇ ਬੈਠੇ ਹੈ ਕੋਈ ਲਾਈਨਮੈਨ ਸਤਲੁਜ ਦੇ ਪੁਲ ਘੇਰੀ ਬੈਠੇ ਹੈ ਕੋਈ ਕਿਤੇ ਬਠਿੰਡੇ ਭੁੱਖ ਹੜਤਾਲਾਂ ਚੱਲ ਰਹੀਆਂ ਨੇ ਆਹ ਸਾਡਾ ਪੰਜਾਬ ਹੈ ਇਹ ਪੰਜਾਬ ਹੈ ਤੇ ਸਾਡੇ ਹਾਕਮ ਕੀ ਕਰ ਰਹੇ ਨੇ ਹਾਕਮ ਕੌਣ ਨੇ ਦੋ ਹੀ ਨੇ ਹੋਰ ਤਾਂ ਕਿਸੇ ਨੂੰ ਚੱਲਣ ਨਹੀਂ ਦਿੰਦੇ ਪਿਓ ਪੁੱਤ ਨੇ ਦੋਨੇ ਹੀ ਸਵੇਰੇ ਹੈਲੀਕਾਪਟਰ ਲੈ ਕੇ ਇੱਧਰ ਨੂੰ ਚਲੇ ਜਾਂਦੇ ਨੇ ਆਥਣੇ ਉੱਧਰ ਨੂੰ ਮੁੜ ਆਉਂਦੇ ਨੇ ਧਰਤੀ ਤੇ ਉੱਤਰਦੇ ਨਹੀਂ ਧਰਤੀ ਤੇ ਥੱਲੇ ਆਉਂਦੇ ਨਹੀਂ ਸੁਖਬੀਰ ਬਾਦਲ ਜੀ ਧਰਤੀ ਤੇ ਆ ਕੇ ਦੇਖੋ ਕੀ ਜ਼ੁਲਮ ਹੋ ਰਹੇ ਨੇ ਇਹ ਰਾਜ ਨਹੀਂ ਸੇਵਾ ਇਹ ਨਾਰੇ ਕੱਲੇ ਦੇਣ ਨਾਲ ਨਹੀਂ ਸੇਵਾ ਕਰਕੇ ਦਿਖਾਓ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਕਰਕੇ ਅਕਾਲੀ ਦਾ ਰਾਜ ਦੇ ਰੱਖਿਆ ਸਾਨੂੰ ਕਿਵੇਂ ਅਕਾਲੀ ਦਲ ਦੇ ਜਥੇਦਾਰਾਂ ਨੂੰ ਛੋਟ ਦੇ ਰੱਖੀ ਹੈ ਜਦੋਂ ਮਰਜ਼ੀ ਉਹ ਜਦੋਂ ਮਰਜ਼ੀ ਜਿਹਦੇ ਮਰਜ਼ੀ ਝੂਠਾ ਪਰਚਾ ਕਰਾ ਦਿੰਦੇ ਨੇ 751 ਨੂੰ 307 ਕਰ ਦਿੰਦੇ ਨੇ ਪੁਲਿਸ ਛਾਪੇ ਮਾਰਦੀ ਹੈ ਮੁੰਡੇ ਘਰੋਂ ਇੱਧਰ ਉੱਧਰ ਟਾਲਣ ਲੱਗ ਜਾਂਦੇ ਨੇ ਭਗੌੜੇ ਕਰਾਰ ਦੇ ਕੇ ਮੁਕਾਬਲੇ ਬਣਾ ਦਿੱਤੇ ਜਾਂਦੇ ਨੇ ਬੜੀ ਵਧੀਆ ਸਕੀਮ ਕੱਢੀ ਹੈ ਇੱਥੇ ਪਹਿਲਾਂ ਕਰਦੀ ਰਹੀ ਹੈ ਪੁਲਿਸ ਘਰੋਂ ਦੇ ਕਸੂੜੇ ਨੂੰ ਚੱਕ ਕੇ ਲੈ ਜਾਂਦੀ ਸੀ ਇੱਕ ਨੂੰ ਚੱਕ ਕੇ ਲੈ ਜਾਂਦੀ ਸੀ ਦੂਜਾ ਭਾਈ ਭੱਜ ਜਾਂਦਾ ਸੀ ਫਿਰ ਮੁਕਾਬਲਾ ਬਣਾ ਕੇ ਪਤਾ ਨਹੀਂ ਕਿੰਨੇ ਨਾਮੀ ਉਹਦਾ ਇੰਨੇ ਕਰੋੜੀ ਅੱਜ ਜਿਹੜਾ ਮੁਕਾਬਲੇ ਚ ਮਰ ਗਿਆ ਆਹੀ ਪੰਜਾਬ ਪੁਲਿਸ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਪੰਜਾਬ ਪੁਲਿਸ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਉਦੋਂ ਅਸੀਂ ਤਰੱਕੀਆਂ ਲਈਆਂ ਹੋਈਆਂ ਨੇ ਆ ਜਿਹੜੇ ਸਟਾਰ ਲੱਗੇ ਨੇ ਬਹੁਤਿਆਂ ਦੇ ਸਟਾਰ ਜਿਹੜੇ ਮੋਢੇ ਤੇ ਲੱਗੇ ਨੇ ਉਹਦੇ ਚ ਆਪਣੇ ਬੱਚਿਆਂ ਦਾ ਖੂਨ ਹੈ ਉਹਨਾਂ ਸਟਾਰਾਂ ਚ ਉਹ ਪੜ੍ਹ ਕੇ ਨਹੀਂ ਉਹ ਮੁਕਾਬਲਿਆਂ ਨਾਲ ਹੀ ਆਏ ਨੇ ਤਾਂ ਹੁਣ ਤੇ ਹੁਣ ਇਹ ਕਹਿੰਦੇ ਬੰਦ ਕਿਉਂ ਹੋ ਗਏ ਕੰਮ ਦੁਬਾਰੇ ਸ਼ੁਰੂ ਕਰੀਏ ਇੱਕ ਪਰਿਵਾਰ ਜਿਹਦੇ ਦੋ ਗੱਭਰੂ ਪੁੱਤ ਇੱਕੋ ਦਿਨ ਅਰਥੀ ਚੱਕਣੀ ਪੈ ਜੇ ਪਿਓ ਨੂੰ ਤੇ ਮੁੜ ਕੇ ਕਹਿੰਦੇ ਉਹੀ ਮੁੰਡੇ ਹੀ ਗਲਤ ਸੀ ਤੇ ਫਿਰ ਜੇ ਮੁੰਡੇ ਗਲਤ ਸੀ ਤੇ ਸਜ਼ਾ ਦੇਣ ਨੂੰ ਸਰਪੰਚ ਰੱਖੇ ਹੋਏ ਨੇ ਸਜ਼ਾ ਉਹ ਦੇਣਗੇ ਤੇ ਫਿਰ ਜੇ ਗਲਤ ਦੇ ਮਾਮਲੇ ਚ ਪੈ ਜਾਈਏ ਕੇਸ ਤਾਂ ਫਿਰ ਮਜੀਠੀਏ ਤੇ ਵੀ ਚੱਲਦੇ ਨੇ ਉਹਨੂੰ ਕੌਣ ਸਜ਼ਾ ਦਿਓ ਫਿਰ ਕੇਸ ਤਾਂ ਫਿਰ ਕਿਸਾਬ ਤੇ ਵੀ ਚੱਲਦੇ ਸੀ 4 ਕਰੋੜ ਰੁਪਇਆ ਇੱਕ ਮਹੀਨੇ ਦਾ ਕਿਸਾਬ ਨੂੰ ਬਚਾਉਣ ਤੇ ਲਾਇਆ ਹੋਇਆ ਸੀ ਸਿਕਿਉਰਿਟੀ ਤੇ ਫਿਰ ਉਹਨੂੰ ਵੀ ਉਹਦੀ ਮਾਰ ਦਿੰਦੇ ਤਾਂ ਬਹੁਤ ਬੰਦੇ ਮਾਰਦੇ ਸੀ ਕਾਨੂੰਨ ਨੂੰ ਤਾਂ ਉਹਦਾ ਰੂਪ ਪ੍ਰਚਾਰ ਕਰ ਲੈਣ ਦੋ ਜੇ ਕੋਈ ਕੇਸ ਚੱਲਦਾ ਕਾਨੂੰਨ ਮੁਤਾਬਕ ਸਜ਼ਾ ਮਿਲੇ ਇਹ ਆਪ ਸਜ਼ਾ ਦੇਣ ਲੱਗ ਜਾਣਗੇ ਕਦੇ ਕਹਿੰਦੇ ਨੇ ਮੁਕਾਬਲਾ ਸੀ ਕਦੇ ਕਹਿੰਦੇ ਨੇ ਆਪਸ ਚ ਮਾਰਤੇ ਕਦੇ ਕਹਿੰਦੇ ਨੇ AK-47 ਸੀ ਇਹਨਾਂ ਕੋਲੇ ਕਦੇ ਕਹਿੰਦੇ ਨੇ ਪੁਲਿਸ ਦਾ ਹਥਿਆਰ ਖੋਲੇ ਹੁਣ ਇਹਨਾਂ ਤੋਂ ਕਹਾਣੀ ਬਣ ਨਹੀਂ ਰਹੀ ਕਹਾਣੀ ਖਿੰਡ ਗਈ ਜੇ ਕਿਤੇ ਕਹਾਣੀ ਖੰਨੇ ਪੁਲਿਸ ਦੇ ਏਰੀਏ ਚ ਹੁੰਦੀ ਫੇਰ ਨਹੀਂ ਕੁਛ ਹੋਣਾ ਸੀ ਕਿਉਂਕਿ ਦੂਜੇ ਏਰੀਏ ਚ ਜਾ ਵੜੇ ਉਹ ਪੁਲਿਸ ਵਾਲਿਆਂ ਨੇ ਦੱਸਤੀ ਕਹਾਣੀ ਤਾਂ ਕਹਾਣੀ ਫੜੀ ਗਈ ਆਹ ਦੋ ਪਰਿਵਾਰ ਬੈਠੇ ਨੇ ਮੋਟੇ ਵਾਲੇ 17-17 ਗੋਲੀਆਂ ਮਾਰੀਆਂ ਹੋਈਆਂ ਸਿਰ ਦੇ ਉੱਤੋਂ ਦੀ ਉਹ ਵੀ ਕਹਿੰਦੇ ਮੁਕਾਬਲਾ ਸੀ ਮੇਰੇ ਵੀਰੋ ਕੱਲ ਪਰਸੋਂ ਦੇ ਜਿਹੜੇ ਮੈਨੂੰ ਫੋਨ ਆ ਰਹੇ ਨੇ ਇਹ ਕੱਲੇ 2 ਜਾਂ 4 ਨਹੀਂ ਏਦਾਂ ਦੇ ਕਈ ਹਜ਼ਾਰ ਪਰਿਵਾਰ ਨੇ ਜਿਹੜੇ ਪਹਿਲਾਂ ਡਰਦੇ ਬੋਲਦੇ ਨਹੀਂ ਸੀ ਉਹ ਕਹਿੰਦੇ ਜੀ ਸਾਨੂੰ ਦੱਸੋ ਕਿੱਥੇ ਆਉਣਾ ਸਾਡੇ ਤਾਂ ਆਪ ਏਦਾਂ ਹੀ ਕੀਤਾ ਸੀ ਇਹਨਾਂ ਨੇ ਇਹ ਕਹਾਣੀ ਇੱਕੋ ਵੀ ਨਿਕਲੂਗੀ ਸਾਰਿਆਂ ਦੀ ਕਹਾਣੀ ਇੱਕੋ ਹੀ ਹੈ ਪਹਿਲਾਂ ਕੇਸ ਪਾਓ ਭਗੌੜੇ ਕਰੋ ਉਹ ਤੋਂ ਬਾਅਦ ਉਹਨਾਂ ਨੂੰ ਆਪਦੇ ਹਿਸਾਬ ਨਾਲ ਗੋਲੀਆਂ ਮਾਰ ਦਿਓ ਆਹ ਕਹਾਣੀਆਂ ਨੇ
अकाली दल ते पंजाब पुलिस गैंग बन गया, गैंग बन गया। सो पंजाब पुलिस के अफसर मैं कहना चाहना, जिस वेले वर्दी पहनी सी भर्ती होकर जो वर्दी पाई सी सौ संविधान की खाधी सी, सुखबीर बादल की नहीं खाधी सी, सौ किसी मजीठिया की नहीं खाधी सी। भुलेखे चो जेडे फोन तो चंडीगढ़ हुण गलत काम करने ऑर्डर आउंदे ने ना, नोट कर लियो, जेडे फोन तो जेडे फोन नंबर तो हुण फोन आउंदे ने चंडीगढ़ों के आए कर दो, इन चक लो, इन धर लो, दो साल बाद नंबर उही होणगे, आवाजा बदल जाणगियां, फिर की करोगे, फिर की करोगे। सब नोट कर रहे सी, सरकार आउंदियां जांदियां रहिंदियां ने, ये सदा वास्ते नहीं हुंदा, सावण दे अंदे नूं सारा कुछ हरा हरा ही नजर आउंदा हुंदा। पर वीरो ये पब्लिक है, ये लोक ने, इन्हां दे जज्बातां नूं समझो, ना जुल्म करो। मैनू एक बजुर्ग औरत मिली, मैं अपने इलाके सीगा जो मैं वोटां दा प्रचार कर रहे सी, खड़ी हो गई रैली दे विचों, कहिंदी पुत मेरा घर पटता बादलां ने। आखिया जी किवें? कहिंदी दो साल पहले जिहड़ियां वोटां पईआं ने उहनां दे विच मेरे मुंडे नूं समैक खाण ला गए, उस तो बाद आप तो जित गए असी हार गए, मेरा मुंडा समय खान लग गया, सारा घर विक गया साडा, हुण असी किसे कखां दे कान्यां दी कोठड़ी जी पा के रही है, दोने सस्सां नूं हां दो पोतियां ने, असी लोकां दे घरां च पोचे ला के गुजारा करदियां, सानू मारदा कुटदा भी है। पुत तूं भी वोटां आणा है? मैं कहा हां जी मैं भी वोटां आणा। फिर पुत तैनू तां वध पता होगा, तू मैनू एक बारी आए दस दे बादल दी कार कित्थों दी लंघदी हुंदी आ, मैं उहदे थल्ले आ के मरना चाहुंदा। आ साडे पंजाब दी हालत कर, पंजाब दे धीआं पुत पढ़ लिख के घरे मुड़े, एम एस सी करके, बी एस सी करके, एम बी बी एस करके घरे मुड़े, नौकरी मंगन जांदे ने, डांगा पैंदियां ने, नशे वल नूं लाते, जे नशियां तों किसे नूं हटाउंदे ने कोई चंगा काम करदे ने झूठा केस पाओ, कहिंदे अपने गाहक बढ़दा है, झूठा केस पाओ, झूठा केस पा के होई हुंदी आ कोई छोटी जी लड़ाई, जिवें दोदा साहब दसदे सी कि सरपंच साहब ते दो मोटरसाइकिल टकराए ने, दफा 307 ला लो जी, इरादा कतल लो। छोटी छोटी लड़ाइयां नूं 307 तक लै जांदे ने, ते आपदे आले जिन्होंने खोपड़ी च गोलियां मारियां उन्हें वास्ते इतने बंदे कट्ठे कर रखे ने, ना जी तो बहुत चंगे बंदे ने। लो दसो असी मोटरसाइकिल च मोटरसाइकिल बचे 307, वह साडे खोपड़िया च गोलियां मार दें, कहते ना माफ कर दो, बहुत वधिया बंदे ने। तो आ कहड़ा कानून होया बी, ये महाराजा रणजीत सिंह दा राज है। महाराजा रणजीत सिंह तो भेस बदल के परजा दे विच आंदे सी, कंधां दे नाल लग लग के ਗੱਲਾਂ ਸੁਣਦੇ ਸੀ ਲੋਕਾਂ ਦੀਆਂ ਪਰਜਾ ਦੀਆਂ, ਵੀ ਕਿਤੇ ਪਰਜਾ ਮੇਰੀ ਮੇਰੇ ਤੋਂ ਦੁਖੀ ਤਾਂ ਨਹੀਂ, ਮੇਰੇ ਵਿਰੁੱਧ ਤਾਂ ਨਹੀਂ ਬੋਲਦੀ। ਉਹ ਮਹਾਰਾਜਾ ਰਣਜੀਤ ਸਿੰਘ ਸੀ, ਇਹ ਕੀ ਰੀਸਾਂ ਕਰਨਗੇ ਉਹਨਾਂ ਦੀ। ਸੋ ਵੀਰੋ ਇਹਨਾਂ ਨੂੰ ਐਂ ਲੱਗਦਾ ਇੱਕ ਦੋ ਮੁਜ਼ਾਹਰੇ ਜੇ ਹੁੰਦੇ ਨੇ, ਦੋ ਦਿਨ ਹੜਤਾਲ ਹੋਊਗੀ, ਕੁਛ ਨਹੀਂ ਹੁੰਦਾ, ਚੱਲੀ ਜਾਣ ਦੋ। ਪਰ ਅਸੀਂ ਇਹਨਾਂ ਨੂੰ ਵਾਰਨਿੰਗ ਦੇਣੀ ਚਾਹੁੰਦੇ ਹਾਂ, ਆ ਅੱਜ ਅਸੀਂ ਤੁਹਾਨੂੰ ਟ੍ਰੇਲਰ ਦਿਖਾਇਆ ਕਿ ਬਿਨਾਂ ਕਿਸੇ ਸਾਧਨਾ ਤੋਂ ਬਿਨਾਂ ਕਿਸੇ ਪ੍ਰਚਾਰ ਤੋਂ ਇੰਨੇ ਲੋਕ ਆ ਗਏ। ਇਹ ਸਾਰੇ ਦੁਖੀ ਲੋਕ ਨੇ, ਇਹ ਤੁਹਾਡੇ ਸਿਸਟਮ ਤੋਂ ਦੁਖੀ ਲੋਕ ਨੇ। ਸਾਡੀਆਂ ਗੱਲਾਂ ਨੂੰ ਧਿਆਨ ਨਾਲ, ਗੰਭੀਰਤਾ ਨਾਲ ਲੈ ਲਓ। ਅਸੀਂ ਜਿਹੜੀ ਕਮੇਟੀਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਭੋਗ 7 ਤਰੀਕ ਨੂੰ ਹੈ, ਪਰਿਵਾਰ ਨੂੰ ਅਸੀਂ ਨਹੀਂ ਚਾਹੁੰਦੇ ਕਿ ਪਰਿਵਾਰਾਂ ਨੂੰ ਵੀ ਅਸੀਂ ਸੜਕਾਂ ਤੇ ਰੋਲੀ ਜਾਈਏ। ਬਹੁਤ ਦੁੱਖ ਦੇ ਵਿੱਚ ਪਹਿਲੇ ਨੇ ਰਿਸ਼ਤੇਦਾਰ, ਔਰ ਕੋਈ ਜਿਹੜੇ ਸਾਕ ਸੰਬੰਧੀਆਂ ਨੇ ਆਉਣਾ, ਉਹ ਵੀ ਰਸਮਾਂ ਪੂਰੀਆਂ ਕਰਨੀਆਂ ਨੇ। ਸੋ ਅਸੀਂ ਕੋਈ ਠੰਡੇ ਵਸਤੇ ਚ ਨਹੀਂ ਪਾਉਣਾ, ਔਰ ਕੋਈ ਫੋਟੋਆਂ ਖਿਚਾਉਣ ਨਹੀਂ ਆਏ। ਜਿੰਨਾ ਚਿਰ ਇਨਸਾਫ ਨਹੀਂ ਮਿਲਦਾ, ਇਹ ਸੰਘਰਸ਼ ਜਾਰੀ ਰਹੂਗਾ, ਤਾਂ ਕਿ ਹੋਰ ਹਜ਼ਾਰਾਂ ਨੌਜਵਾਨ ਜਿਹੜੇ ਨੇ ਉਹ ਇਹਨਾਂ ਦੇ
आ जिहड़े मूंह जिहड़े खून मूंह नूं लग गया ओह इहनां दे खूनी मूंहां तों बचा सकीए जिन्ना चिर ਇਹ ਸਾਡੇ ਨਾਲ ਵਾਅਦਾ ਨਹੀਂ ਹੁੰਦਾ ਕਿ ਹਾਂ ਸੀ ਬੀ ਆਈ ਤੋਂ ਜਾਂਚ ਹੋਊਗੀ ਤੇ ਵੱਡੇ ਅਫਸਰਾਂ ਦੇ ਖਿਲਾਫ ਸਖ਼ਤ ਕਾਰਵਾਈ ਹੋਊਗੀ ਤਾਂ ਕਿ ਭਵਿੱਖ ਦੇ ਵਿੱਚ ਉਦਾਹਰਨ ਬਣ ਸਕੇ ਇਹ ਕੇਸ ਕੋਈ ਅਕਾਲੀਆਂ ਦਾ ਸਰਪੰਚ ਕਿਤੇ ਇਸ ਤਰ੍ਹਾਂ ਦੀ ਘਟਨਾ ਇਸ ਤਰ੍ਹਾਂ ਦਾ ਜਿਹੜਾ ਕਾਰਨਾਮਾ ਕਰਤੂਤ ਕਰਨ ਤੋਂ ਪਹਿਲਾਂ ਸੋਚੇ ਕਿ ਮੇਰੇ ਨਾਲ ਬੋਹਾਪੁਰ ਵਾਲੀ ਨਾ ਹੋਵੇ ਜਾਂ ਜਿਵੇਂ ਬੋਹਾਪੁਰ ਦੇ ਮੁੰਡਿਆਂ ਦੇ ਜਿਹੜੇ ਕਾਤਲਾਨਾ ਹੋਈ ਸੀ ਇਹ ਸਬਕ ਚ ਨਜ਼ਰ ਇਹ ਕੇਸ ਨਹੀਂ ਬਣਦਾ ਅਸੀਂ ਟਿਕ ਕੇ ਬੈਠਣ ਵਾਲੇ ਨਹੀਂ ਹੈਗੇ ਅਸੀਂ ਇਹ ਨਹੀਂ ਹੈਗਾ ਕਿ ਆ ਕੇ ਇੱਕ ਮਿੰਟ ਧਰਨਾ ਦੇ ਕੇ ਫੋਟੋ ਖਿਚਾ ਕੇ ਚਲੇ ਗਏ ਕਿਉਂਕਿ ਅੱਜ ਪੰਜਾਬ ਬਰੂਦ ਦੇ ਢੇਰ ਤੇ ਬੈਠਾ ਹੈ ਸਮੈਕ ਦਾ ਬਰੂਦ ਕੈਂਸਰ ਦਾ ਬਰੂਦ ਬੇਰੁਜ਼ਗਾਰੀ ਦਾ ਬਰੂਦ ਰੋਜ਼ ਫੜ ਰਿਹਾ ਹੈ ਪੰਜਾਬ ਦੇ ਚੁੱਲ੍ਹਿਆਂ ਚੋਂ ਅੱਗਾਂ ਬੁਝ ਗਈਆਂ ਸਿਵਿਆਂ ਦੀਆਂ ਅੱਗਾਂ ਬੁਝਣ ਦਾ ਨਾਂ ਨਹੀਂ ਲੈਂਦੀਆਂ ਸੁਰਜੀਤ ਪਾਤਰ ਜੀ ਦਾ ਸ਼ੇਰ ਹੈ ਕਿ ਲੱਗੀ ਜੇ ਤੇਰੇ ਕਰੇਜੇ ਅਜੇ ਛੁਰੀ ਨਹੀਂ ਹੈ ਵੱਜੀ ਜੇ ਤੇਰੇ ਕਰੇਜੇ ਅਜੇ ਛੁਰੀ ਨਹੀਂ ਹੈ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਜੇ ਵੀਰੋ ਤੁਹਾਡੇ ਘਰ ਚ ਕਿਸੇ ਨੌਜਵਾਨ ਦੇ ਗੋਲੀ ਨਹੀਂ ਵੱਜੀ ਜੇ ਤੁਹਾਡੇ ਘਰ ਚ ਕੋਈ ਬੇਰੁਜ਼ਗਾਰ ਮੁੰਡਾ ਨਹੀਂ ਹੈਗਾ ਜੇ ਤੁਹਾਡੇ ਘਰ ਚ ਕਿਸੇ ਨੇ ਗੁੰਡਾਗਰਦੀ ਹਜੇ ਨਹੀਂ ਕੀਤੀ ਤਾਂ ਫਿਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਰੇ ਅਮਨ ਸ਼ਾਂਤੀ ਹੈ ਇਸ ਤੋਂ ਪਹਿਲਾਂ ਕਿ ਇਹ ਅੱਗ ਤੁਹਾਡੇ ਘਰਾਂ ਵੱਲ ਵੀ ਪਹੁੰਚੇ ਬਾਲਟੀਆਂ ਲੈ ਕੇ ਨਿਕਲੋ ਇਸ ਅੱਗ ਨੂੰ ਇੱਥੇ ਬੁਝਾ ਦਈਏ ਇਸ ਅੱਗ ਨੂੰ ਇੱਥੇ ਬੁਝਾ ਦਈਏ ਜੀ ਤਿੰਨ ਬੱਚੇ ਨੇ ਜੀ ਤਿੰਨਾਂ ਤੇ 307 ਦਾ ਪਰਚਾ ਜੇਲ੍ਹ ਚ ਹੈ ਜੀ ਬਿਨਾਂ ਕਸੂਰ ਤੋਂ ਉਹ ਵੀ ਸਰਪੰਚ ਦੀ ਵਜ੍ਹਾ ਨਾਲ ਦੁੱਖ ਦੀ ਗੱਲ ਇਹ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ ਹੀ ਉਹਨਾਂ ਦੇ ਵਿਰੁੱਧ ਹੋ ਗਏ ਪਿੰਡਾਂ ਦੇ ਹਾਂਜੀ ਨਸਲ ਇੱਕੋ ਹੀ ਹੈ ਮਤਲਬ ਹੈਲੋ ਲੋਕਾਂ ਦੇ ਝੂਠੇ ਕੇਸ ਬਣਾਉਣ ਲਿਆ ਸਰਕਾਰਾਂ ਮੁਰਦਾਬਾਦ 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 ਲੋਕਾਂ ਦੇ ਝੂਠੇ ਕੇਸ ਬਣਾਉਣ ਲਿਆ ਸਰਕਾਰਾਂ ਮੁਰਦਾਬਾਦ 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 ਆਪ ਸਰਕਾਰ ਮੁਰਦਾਬਾਦ 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 ਆਪ ਸਰਕਾਰ ਮੁਰਦਾਬਾਦ 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 ਲੋਕ ਇਕਤਾ ਜ਼ਿੰਦਾਬਾਦ 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 ਲੋਕ ਇਕਤਾ ਜ਼ਿੰਦਾਬਾਦ 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 ਲੋਕਾਂ ਦੀ ਰਾਖੀ ਕੌਣ ਕਰੇਗਾ ਹਮ ਕਰੇਂਗੇ ਹਮ ਕਰੇਂਗੇ ਵਿਦੇਸ਼ੀ ਲੋਕਾਂ ਦੀ ਰਾਖੀ ਕੌਣ ਕਰੇਗਾ ਹਮ ਕਰੇਂਗੇ ਹਮ ਕਰੇਂਗੇ ਆ ਸਾਡੀਆਂ ਮਾਵਾਂ ਤਿੰਨ ਤਿੰਨ ਗੱਭਰੂ ਪੁੱਤ ਜੰਮ ਕੇ ਇੱਕ ਝੂਠਿਆਂ ਕੇਸਾਂ ਜੋ ਜੇਲ੍ਹ 'ਚ ਬੈਠੇ ਨੇ ਫਿਰਦੀਆਂ ਨੇ ਤੇ ਜਲਕਦੀਆਂ ਆ ਸਾਡਾ ਪੰਜਾਬ ਹੈ ਆ ਪੰਜਾਬ ਦੀ ਗੱਲ ਕਰਦੇ ਨੇ ਆ ਰਾਜ ਨਹੀਂ ਸੇਵਾ ਤੇ ਸੁਖਬੀਰ ਬਾਦਲ ਜੀ ਨੂੰ ਜਾਂ ਮੁੱਖ ਮੰਤਰੀ ਨੂੰ ਪੁੱਛੀਏ ਮੈਨੂੰ ਨਹੀਂ ਪਤਾ ਜੀ ਬਸ ਆਹ ਹੈ ਆਹ ਜਵਾਬ ਹੈ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੇ ਆਪਦੇ ਹੀ ਪੰਜਾਬੀਆਂ ਧੀਆਂ ਪੁੱਤਾਂ ਨੇ ਅੱਜ ਕੇਸ ਪਾ ਕੇ ਜੇਲ੍ਹਾਂ 'ਚ ਪਏ ਨੇ ਜਿਹੜੇ ਪੜ੍ਹੇ ਲਿਖੇ ਨੇ ਉਹ ਟੈਂਕੀਆਂ ਤੇ ਫਿਰਦੇ ਨੇ ਸੁਖੀ ਕੌਣ ਹੈ ਪੰਜਾਬ 'ਚ ਇਕੱਲਾ ਬਾਦਲ ਪਰਿਵਾਰ ਸੁਖੀ ਹੈ ਬਸ ਬਾਕੀ ਸਾਰੇ ਦੁਖੀ ਸੋ ਅਸੀਂ ਸੜਕਾਂ ਤੇ ਉਤਰਾਂਗੇ ਜਿੱਥੇ ਧਰਨਾ ਦੇਣਾ ਪਿਆ ਧਰਨਾ ਦੇਵਾਂਗੇ ਡਾਂਗਾਂ ਖਾਣੀਆਂ ਪਈਆਂ ਡਾਂਗਾਂ ਖਾਵਾਂਗੇ ਕਿਉਂਕਿ ਜੇ ਸੱਚ ਬੋਲਣ ਦੀ ਇਹ ਸਜ਼ਾ ਤਾਂ ਸਭ ਤੋਂ ਪਹਿਲਾਂ ਅਸੀਂ ਭੁਗਤਾਂਗੇ ਰਾਜਗੁਰੂ ਜਿਸ ਵੇਲੇ ਫਾਂਸੀ ਹੋਣੀ ਸੀ ਜਿਸ ਦਿਨ ਦੋ ਲਾਈਨੇ ਲਿਖ ਕੇ ਗਿਆ ਬਸ ਕੋਲੇ ਨਾਲ ਕੰਧ ਤੇ ਬੈਰਕ ਤੇ ਦੋ ਘੰਟਿਆਂ ਬਾਅਦ ਫਾਂਸੀ ਹੋ ਗਈ ਲਾਈਨਾਂ ਕੀ ਲਿਖ ਕੇ ਗਿਆ ਹਮ ਵੀ ਜੀ ਸਕਤੇ ਥੇ ਚੁੱਪ ਰਹਿ ਕਰ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਕਰ ਆਹ ਦੋ ਲਾਈਨਾਂ ਲਿਖ ਕੇ ਦੋ ਘੰਟਿਆਂ ਬਾਅਦ ਫਾਂਸੀ ਹੋ ਗਈ ਉਹ ਵੀ ਚੁੱਪ ਕਰ ਜਾਂਦੇ ਫਿਰ ਉਹ ਵੀ ਜਿਉਂ ਲੈਂਦੇ ਭਗਤ ਸਿੰਘ ਹੋਰਾਂ ਦੇ ਕਿੰਨੇ ਹਾਣੀ ਹੋਣਗੇ ਜਿਹੜੇ ਬਿਜ਼ਨਸ ਕਰਕੇ ਤੁਰ ਗਏ ਹੋਣਗੇ ਕਿਸੇ ਦਾ ਨਾਂ ਜਾਣਦੇ ਹੋ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਦੋਸਤ ਹੋਣਗੇ ਹਾਣੀ ਹੋਣਗੇ ਜਿਹੜੇ ਬਿਜ਼ਨਸ ਕੰਮ ਕਾਰ ਕਰਕੇ ਤੁਰ ਗਏ ਹੋਣਗੇ ਕਿਸੇ ਦਾ ਨਾਂ ਜਾਣਦੇ ਹੋ ਮੇਲੇ ਉੱਧਰ ਹੀ ਲੱਗਦੇ ਨੇ ਇਸ ਕਰਕੇ ਵੀਰੋ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕ ਸੇਵਾ ਬਹੁਤ ਵੱਡੀ ਗੱਲ ਹੈ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ
अगे जवाब आया कहना गल तो तेरी ठीक है मित्रा, मैं पैसे बहुत कमा लेंदा, पैसे नाल पोजीशन बनती, कोई कारोबार चला लेंदा, धनिया की सूची विच मैं भी अपना नाम लिखवा लेंदा, पर रुखा नाल शामा मिटदियां इह समा सब नूं ढा लेंदा। उह किन्ने धनी हो तुर गए, कौन किसे दा नाम लेंदा, उह कौन लिखदा फिर सच्ची गुरबाणी जे नानक हट्टी पा लेंदा। जे गुरु नानक देव जी हट्टी पा के बह जांदे फिर तुरकी बाणी कित्थे शुरू होनी सी, फिर बाबर नाल कौन लड़ाई करदा, फिर भाई लालो ते मरक भाडो दा फर्क कौन करदा, जद्दी करता छड़ने पैंदे भी लोगों की सेवा करनी है।